ਅੱਜ ਦੀ ਡੇਟ ਵਿੱਚ ਅਗਰ ਸਭ ਤੋਂ ਕੋਈ ਹੀਟਡ ਪਾਰਟੀ ਆ ਪਹਿਲੀ ਨੰਬਰ ਤੇ ਭਾਜਪਾ ਹੈ ਤੇ ਦੂਜੇ ਨੰਬਰ ਤੇ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਆ ਜਾਂ ਜਿਹੜੀਆਂ ਹੋਰ ਪਾਰਟੀਆਂ ਨੇ ਈਵਨ ਝਾੜੂ ਵਗੈਰਾ ਵੀ ਇਹਨਾਂ ਨੂੰ ਆਪਣੇ ਝੰਡੇ ਨਹੀਂ ਲਾਉਣੇ ਚਾਹੀਦੇ ਇਸ ਸੰਘਰਸ਼ ਹਰ ਸਿਮਰਤ ਕੌਰ ਦਾ ਤਾਂ ਇੱਕ ਟੂਲ ਪਲਾਜ਼ਾ ਦਾ ਲਗਾਤਾਰਨਾ ਲੱਗਿਆ ਸੀਗਾ ਉਹਨਾਂ ਨੇ ਤੈਨੂੰ ਗਾਲਾਂ ਬੜੀਆਂ ਕੱਢੀਆਂ ਸੁਖਬੀਰ ਸਿੰਘ ਬਾਦਲ ਹੋਣੀ ਬੇਸਿਕਲੀ 5 ਸਟਾਰ 7 ਸਟਾਰ ਕਲਚਰ ਦੇ ਲੋਕ ਨੇ ਉਨ੍ਹਾਂ ਦੇ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਪੰਜਾਬ ਦੀ ਸੱਤਾ ਦਿਨ-प्रतिदिन ਗਰਮਾਈ ਪਈ ਹੈ। ਸੋ ਅੱਜ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੁਖਪਾਲ ਸਿੰਘ ਖਹਿਰਾ ਜੀ ਮੌਜੂਦ ਨੇ। ਸੋ ਖਹਿਰਾ ਸਾਹਿਬ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵੱਲੋਂ ਇੱਕ ਰੈਲੀ ਕੀਤੀ ਗਈ ਹੈ। ਬਹੁਤ ਵੱਡੀ ਰੈਲੀ ਦੱਸੀ ਜਾ ਰਹੀ ਸੀਗੀ ਵੀ ਉਹ ਚੰਡੀਗੜ੍ਹ ਵੱਲ ਕੂਚ ਕਰ ਰਹੀ ਸੀ। ਤੁਹਾਨੂੰ ਕੀ ਲੱਗਦਾ ਵੀ ਜਿਹੜੀ ਉਹ ਰੈਲੀ ਕੱਢੀ ਗਈ ਆ ਅਕਾਲੀ ਦਲ ਵੱਲੋਂ ਵੀ ਜਾਂ ਉਹ 2022 ਦੀਆਂ ਚੋਣਾਂ ਨੂੰ ਲੈ ਕੇ ਕੱਢੀ ਆ ਕਿ ਜਾਂ ਵਾਕਈ ਕਿਸਾਨਾਂ ਦੇ ਹੱਕਾਂ ਲਈ ਕੱਢੀ ਸੀ? ਦੇਖੋ ਇਹ ਤਾਂ ਹੁਣ ਬੱਚਾ-ਬੱਚਾ ਪੰਜਾਬ ਦਾ ਸਮਝ ਗਿਆ ਵਾ ਕਿ ਜਿਹੜਾ ਸੁਖਬੀਰ ਬਾਦਲ ਦੇ ਪਰਿਵਾਰ ਦਾ ਜੋ ਕੁਝ ਘਟਨਾਕ੍ਰਮ ਵਾਪਰਿਆ ਪਹਿਲਾਂ ਆਰਡੀਨੈਂਸਸ ਦੀ ਨੂੰ ਲੈ ਕੇ ਫਿਰ ਕਾਨੂੰਨ ਬਣਿਆ ਪਾਰਲੀਮੈਂਟ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਅਸਤੀਫਾ ਦਿੱਤਾ ਤੇ ਫਿਰ ਗੱਠਜੋੜ ਤੋੜਿਆ ਤੇ ਫਿਰ ਆਹ ਜਿਹੜਾ ਆਪਣਾ ਰੋਸ ਮਾਰਚ ਕਰਿਆ ਪਹਿਲਾਂ ਤਾਂ ਇਹ ਲੋਕਾਂ 'ਚ ਦੱਸਣ ਇਹ ਕਿ ਇਹਨਾਂ ਨੇ ਤਿੰਨ ਚਾਰ ਮਹੀਨੇ ਪਹਿਲਾਂ ਆਰਡੀਨੈਂਸਸ ਦੀ ਸਪੋਰਟ ਕਿਉਂ ਕੀਤੀ ਮਤਲਬ ਵੱਡੇ ਬਾਦਲ ਸਾਹਿਬ ਤੋਂ ਵੀ ਸਪੋਰਟ ਕਰਾਈ ਕਿ ਆਰਡੀਨੈਂਸਸ ਤਾਂ ਬਹੁਤ ਕਿਸਾਨ ਦੇ ਹੱਕ 'ਚ ਆ ਔਰ ਫਿਰ ਹੁਣ ਸਾਰੇ ਪੰਜਾਬ ਦੇ ਲੋਕੋ ਅੱਜਕਲ ਅਨਪੜ੍ਹ ਜਾਂ ਬੇਸਮਝਤੇ ਹੈ ਨਹੀਂ ਕਿ ਉਹਨਾਂ ਨੇ ਦੇਖਿਆ ਕਿ ਜਦੋਂ ਪ੍ਰੈਸ਼ਰ ਵੱਧ ਗਿਆ ਕਿਸਾਨਾਂ ਦਾ ਜਦੋਂ ਇਹਨਾਂ ਦੇ ਘਰ ਦੇ ਬਾਹਰ ਧਰਨਾ ਲੱਗਣ ਲੱਗ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਤਾਂ ਜਿਹੜਾ ਮੇਨ ਕਿਸਾਨ ਵੋਟ ਬੈਂਕ ਹੈਗਾ ਉਹਨੂੰ ਹੀ ਖੋਰਾ ਲੱਗ ਜਾਣਾ ਤੇ ਫਿਰ ਇਹਨਾਂ ਨੇ ਉਹ ਅਸਤੀਫਾ ਦਿੱਤਾ ਗੱਠ ਜੋੜ ਤੋੜਿਆ ਔਰ ਅੱਜ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਜਾਂ ਜਿਹੜੇ ਪੰਜਾਬ ਦੇ ਆਮ ਜਨਤਾ ਹੈਗੀ ਆ ਉਹ ਕਿਸਾਨਾਂ ਦੇ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਉਹ ਕਿਸੇ ਪਾਰਟੀ ਦੇ ਸੰਘਰਸ਼ਾਂ ਨਾਲ ਜੁੜੇ ਕਿਉਂਕਿ ਇਹ ਜਿਹੜਾ ਸਾਰੀ ਜਿਹੜੀ ਗੱਲ ਦੀ ਨੂੰ ਚੱਕਿਆ ਵਾ ਇਹ ਆਮ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਇਨਵੋਲਵ ਕੀਤਾ ਔਰ ਜਿਹੜਾ ਉਹਨਾਂ ਦਾ ਪੰਜਾਬ ਬੰਦ ਹੋਇਆ ਉਹਦੇ ਚ ਹਰ ਵਰਗ ਦੇ ਲੋਕਾਂ ਨੇ ਇਥੋਂ ਤੱਕ ਕਿ ਵਪਾਰੀਆਂ ਨੇ ਬਾਜ਼ਾਰ ਵਾਲੇ ਲੋਕਾਂ ਨੇ ਹਿੰਦੂਆਂ ਨੇ ਹਰ ਕਿਸਮ ਦੀਆਂ ਜਥੇਬੰਦੀਆਂ ਨੇ ਉਹਦੀ ਸਪੋਰਟ ਕੀਤੀ ਉਹਨੂੰ ਤਾਂ ਮੰਨਿਆ ਜਾ ਰਿਹਾ ਵਾ ਕਿ ਉਹ ਇੱਕ ਸੰਘਰਸ਼ਾ ਔਰ ਕਈ ਦਿਨਾਂ ਦੇ ਲਗਾਤਾਰ ਬੈਠੇ ਨੇ ਉਹਨਾਂ ਨੇ ਰੇਲ ਪਟੜੀਆਂ ਰੋਕੀਆਂ ਜਿਹਦੇ ਕਰਕੇ ਗਵਰਨਮੈਂਟ ਆਫ ਇੰਡੀਆ ਦੇ ਪ੍ਰੈਸ਼ਰ ਪੈ ਰਿਹਾ ਜਿਹੜਾ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਸਾਰਾ ਜਿਹੜਾ ਅ ਸਿਗਾ ਉਹ ਦਿਨ ਦਾ ਉਹ ਬਿਲਕੁਲ ਸਹੀ ਮੈਨੇ ਸਹੀ ਲਫਜ਼ਾਂ ਵਿੱਚ ਇੱਕ ਪੋਲੀਟੀਕਲ ਗਿਮਿਕਰੀ ਕਹਿ ਲੋ ਜਾਂ ਡਰਾਮਾ ਸਿਗਾ ਉਹ ਦੱਸਣਾ ਚਾਹੁੰਦੇ ਸੀ ਲੋਕਾਂ ਨੂੰ ਕਿ ਦੇਖੋ ਅਸੀਂ ਵੀ ਕੁਝ ਕਰ ਰਹੇ ਹਾਂ ਔਰ ਅੱਜ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਇੱਕ ਆਦਮੀ ਨੇ ਟੈਂਪੂ ਤੇ ਸੁਖਬੀਰ ਸਿੰਘ ਬਾਦਲ ਚੜੇ ਨੇ ਪਿੱਛੇ ਦੋ ਤਿੰਨ ਸੌ ਗੱਡੀ ਦੀ ਫੋਟੋ ਨਜ਼ਰ ਆ ਰਹੀ ਉਹ ਕਹਿੰਦੇ ਇਹ ਕਿਸਾਨਾਂ ਦਾ ਵਾ ਮਾਰਚ ਕੇ ਇਹ ਵੀ ਆਈਪੀ ਤੇ ਅ ਅਮੀਰ ਆਦਮੀਆਂ ਦਾ ਮਾਰਚ ਆ ਮਤਲਬ ਇੱਕ ਤੋਂ ਇੱਕ ਗੱਡੀ 50 50 60 60 ਲੱਗਦੀਆਂ ਕਰੋੜ ਕਰੋੜ ਦੀਆਂ ਗੱਡੀਆਂ ਵਿੱਚ ਦਿਖਾਈਆਂ ਉਹਨਾਂ ਨੇ ਇਹ ਕਿਸਾਨਾਂ ਦਾ ਤਾਂ ਮਾਰਚ ਹੋ ਨਹੀਂ ਸਕਦਾ ਇੱਕ ਹੋਰ ਇਹਨਾਂ ਨੇ ਮੈਂ ਸਮਝਦਾ ਕਿ ਨਰਾਦਰ ਜਾਈ ਸਮਝ ਲਓ ਕਿ ਇਹ ਤਖਤ ਤਿੰਨ ਤਖਤਾਂ ਤੋਂ ਮਾਰਚ ਸ਼ੁਰੂ ਕੀਤਾ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਤੇ ਦਮਦਮਾ ਸਾਹਿਬ ਤੋਂ ਤੇ ਮਿਲਣ ਕਿਹਨੂੰ ਚੱਲੇ ਸੀਗੇ ਪੰਜਾਬ ਦੇ ਰਾਜਪਾਲ ਨੂੰ ਰਾਜਪਾਲ ਕੌਣ ਆ ਰਾਜਪਾਲ ਤਾਂ ਦਿੱਲੀ ਦੀ ਇੱਕ ਸਰਕਾਰ ਦਾ ਏਜੰਟ ਬਿਠਾਇਆ ਹੋਇਆ ਇੱਥੇ ਮਤਲਬ ਤਖਤਾਂ ਤੋਂ ਅਗਵਾਈ ਕਰਕੇ ਮਿਲਣ ਚੱਲੇ ਸੀ ਏਜੰਟ ਨੂੰ ਜਾਂ ਤਾਂ ਤੁਸੀਂ ਜਾਂਦੇ ਘਟੂ ਘਟ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਬੈਠਦੇ ਔਰ ਉਦੋਂ ਤੱਕ ਬੈਠਦੇ ਕਿ ਜਦ ਤੱਕ ਪ੍ਰਾਈਮ ਮਿਨਿਸਟਰ ਮਜਬੂਰ ਨਾ ਹੋ ਜਾਂਦਾ ਇਹਨੂੰ ਤਾਂ ਕਹਿੰਦੇ ਨੇ ਪ੍ਰੋਟੈਸਟ ਜਾਂ ਕੋਈ ਰੋਸ ਉਦੋਂ ਇਹ ਜੋ ਕੁਝ ਕੀਤਾ ਇਹਨਾਂ ਨੇ ਇਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨਾਲ ਇੱਕ ਕੋਝਾ ਮਜ਼ਾਕ ਸੀ ਟ੍ਰੈਫਿਕ ਨੂੰ ਰੁਕਾਵਟਾਂ ਪਾਈਆਂ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਰੇ ਸੂਬੇ ਦੀ ਕਈ ਜ਼ਿਲ੍ਹਿਆਂ 'ਚੋਂ ਮਾਰਚ ਲੰਘਿਆ ਉਹ ਸਾਰੇ ਅਫਸਰਾਂ ਨੇ ਕਈ ਗਰੀਬਾਂ ਦੇ ਕੰਮ ਨਹੀਂ ਕੀਤੇ ਔਰ ਇਥੇ ਆਣ ਕੇ ਪੁਲਿਸ ਨਾਲ ਜੋ ਡੰਡਾ ਡੰਡਾ ਪ੍ਰੇਡ ਔਰ ਤੁਸੀਂ ਦੇਖੋ ਇਹਨਾਂ ਦੀ ਕਾਇਰਤਾ ਦੇਖੋ ਸੁਖਬੀਰ ਬਾਦਲ ਵਿਕਰਮ ਤੇ ਹਰਸਿਮਰਤ ਇਹਨਾਂ ਨੂੰ ਪੁਲਿਸ ਨੇ ਹੌਲੀ ਦੇਣੇ ਕੱਢ ਕੇ ਤੇ ਆਪਣੀਆਂ ਗੱਡੀਆਂ 'ਚ ਬਿਠਾ ਕੇ ਤੇ ਥਾਣੇ ਲੈ ਕੇ ਕਿਤੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਮੁੜ ਕੇ ਜੋ ਪਾਣੀਆਂ ਦੀ ਬੁਛਾੜਾਂ ਤੇ ਲਾਠੀ ਚਾਰਜ ਆਮ ਵਰਕਰਾਂ ਨੂੰ ਝੱਲਣਾ ਪਿਆ ਫਿਰ ਇਹੋ ਜਿਹੇ ਲੀਡਰਾਂ ਦਾ ਜਿਹੜੇ ਆਪਣੇ ਵਰਕਰਾਂ ਨੂੰ ਗੁੰਮਰਾਹ ਕਰਦੇ ਨੇ ਸਾਰੀ ਰਾਤ ਖੱਜਲ ਖਵਾਰ ਕਰਕੇ ਇੱਥੇ ਲੈ ਕੇ ਆਏ ਉਹਨਾਂ ਦੇ ਪਾਣੀ ਪਵਾ ਕੇ ਮੁੜ ਕੇ ਘਰਾਂ ਨੂੰ ਤੋਰਤਾ ਇਹ ਸਾਰਾ ਇਹਦੀ ਕੋਈ ਆਉਟਪੁੱਟ ਨਹੀਂ ਸੀਗੀ ਔਰ ਮੈਂ ਸਮਝਦਾ ਕਿ ਸਾਰੀਆਂ ਪਾਰਟੀਆਂ ਅੱਜ ਜੇ ਉਹ ਚਾਹੇ ਕਾਂਗਰਸ ਆ ਚਾਹੇ ਉਹ ਅਕਾਲੀ ਦਲ ਆ ਜਾਂ ਜਿਹੜੀਆਂ ਹੋਰ ਪਾਰਟੀਆਂ ਨੇ ਈਵਨ ਝਾੜੂ ਵਗੈਰਾ ਵੀ ਇਹਨਾਂ ਨੂੰ ਆਪਣੇ ਝੰਡੇ ਨਹੀਂ ਲਾਉਣੇ ਚਾਹੀਦੇ ਇਸ ਸੰਘਰਸ਼ ਇਨਾਂ ਨੇ ਜੇ ਜਾਣਾ ਹੀ ਆ ਜਾਂ ਤਾਂ ਤੁਸੀਂ ਆਪਣਾ ਪੈਰਲਲ ਵੀ ਜੇ ਕਰਦੇ ਹੋ ਤਾਂ ਕਾਲੇ ਝੰਡੇ ਰੱਖੋ ਜਾਂ ਹਰੇ ਝੰਡੇ ਕਿਸਾਨਾਂ ਦੇ ਫੜੋ ਜਾਂ ਉਹਨਾਂ ਦੇ ਸੰਘਰਸ਼ ਵਿੱਚ ਜਾ ਕੇ ਉਹਨਾਂ ਦੀ ਸਪੋਰਟ ਕਰੋ ਫਿਰ ਤਾਂ ਮੰਨਿਆ ਜਾਣਾ ਸੀਗਾ ਜੀ ਸੋ ਖੇਰਾ ਸਾਹਿਬ ਇੱਕ ਗੱਲ ਹੋਰ ਸਾਹਮਣੇ ਆਈ ਸੀ ਸੁਖਬੀਰ ਸਿੰਘ ਬਾਦਲ ਨੇ ਰੈਲੀ ਕੀਤੀ ਸੀਗੀ ਰਸਤੇ ਦੇ ਵਿੱਚ ਕਿਸਾਨ ਹਰੇਕ ਥਾਂ ਧਰਨੇ ਤੇ ਬੈਠੇ ਹੋਏ ਸੀਗੇ ਠੀਕ ਹੈ ਜੀ ਹਰੇਕ ਜ਼ਿਲ੍ਹੇ ਦੇ ਵਿੱਚ ਬੈਠੇ ਹੋਏ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਵੀ ਉਸੇ ਧਰਨੇ ਦੇ ਵਿੱਚ ਸ਼ਾਮਲ ਹੋ ਜਾਈਏ ਜੇ ਚੰਡੀਗੜ੍ਹ ਆ ਕੇ ਇਹਨਾਂ ਨੂੰ ਕੁਝ ਵੱਖਰਾ ਹੀ ਮਿਲ ਜਾਣਾ ਸੀ ਹਰ ਸਿਮਰਤ ਕੌਰ ਦਾ ਤਾਂ ਇੱਕ ਟੂਲ ਪਲਾਜ਼ਾ ਦਾ ਲਾਗੇ ਧਰਨਾ ਲੱਗਿਆ ਸੀਗਾ ਉਹਨਾਂ ਨੇ ਤੈਨੂੰ ਗਾਲਾਂ ਬੜੀਆਂ ਕੱਢੀਆਂ ਉਹਨਾਂ ਨੂੰ ਉਹਨਾਂ ਦੇ ਧਰਨੇ 'ਚ ਇਹਨਾਂ ਨੇ ਕਿੱਥੋਂ ਜਾਣਾ ਸੀ ਨਾ ਉਹ ਪਸੰਦ ਹੀ ਕਰਦੇ ਆ ਅਸਲ ਵਿੱਚ ਅਕਾਲੀ ਦਲ ਜਿਹੜਾ ਨਾ ਉਹ ਹੁਣ ਪੁਰਾਣੇ ਵਾਲਾ ਅਕਾਲੀ ਦਲ ਨਹੀਂਗਾ ਇਹ ਤਾਂ ਇੱਕ ਪਰਿਵਾਰ ਦੀ ਟੱਬਰ ਦੀ ਪਾਰਟੀ ਆ ਔਰ ਕਾਰਪੋਰੇਟ ਤਰੀਕੇ ਨਾਲ ਪਾਰਟੀ ਚਲਾਈ ਜਾ ਰਹੀ ਹੈ ਦੇਖੋ ਸੁਖਵੀਰ ਸਿੰਘ ਬਾਦਲ ਅੱਜ ਦੂਜਿਆ ਤੇ ਇਲਜ਼ਾਮ ਲਾਉਂਦਾ ਕਿ ਬੀਜੇਪੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇ ਰਹੀ ਪੰਜਾਬ ਪਹਿਲਾਂ ਇਹਨੂੰ ਪੁੱਛੋ ਵੀ ਤੂੰ ਆਪ ਕਾਰਪੋਰੇਟ ਨਹੀਂਗਾ ਕਾਰਪੋਰੇਟ ਕਿਸ ਨੂੰ ਕਿਹਾ ਜਾਂਦਾ ਕਾਰਪੋਰੇਟ ਜਿਹੜੇ ਬਹੁਤ ਵੱਡੇ ਪੱਧਰ ਦੇ ਵਪਾਰੀ ਨੇ ਅਮੀਰ ਆਦਮੀ ਹੁਣ ਸੁਖਬੀਰ ਸਿੰਘ ਬਾਦਲ ਦੇ ਦੋ ਤਾਂ 7 ਸਟਾਰ ਹੋਟਲ ਨੇ ਸੈਂਕੜੇ ਬੱਸਾਂ ਦੀਆਂ ਇਹਨਾਂ ਦੀ ਫਲੀਟ ਔਰ ਇੱਥੇ ਵੱਡੇ ਵੱਡੇ ਗ੍ਰਾ ਫਾਰਮ ਹਾਊਸ ਚੰਡੀਗੜ੍ਹ ਵਿੱਚ ਡੇਡ ਏਕੜ ਦੇ ਵਿੱਚ ਕੁੱਕਰ ਦੀ ਕੋਠੀ ਸੁਣੀ ਕਿਸੇ ਦੀ ਦਿੱਲੀ ਚ ਕੋਠੀਆਂ ਇਹਨਾਂ ਦੀ ਇਹ ਤਾਂ ਉਹ ਆ ਜਿਹੜੀਆਂ ਆਪਾਂ ਜਾਣਦੇ ਆ ਤੇ ਜਿਹੜਾ ਹੱਲੇ ਇਹਨਾਂ ਨੇ ਆਫਸ਼ੋਰ ਵਿਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੀਆਂ ਸੰਪਤੀਆਂ ਬਣਾਈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਇਸ ਲਈ ਤਾਈਓ ਇਹਨਾਂ ਦਾ ਇੰਪੈਕਟ ਨਹੀਂ ਹੋ ਰਿਹਾ ਬਲਕਿ ਜਦੋਂ ਵੀ ਕੋਈ ਕੰਮ ਕਰਦੇ ਉਹਦਾ ਨੈਗੇਟਿਵ ਇੰਪੈਕਟ ਹੋ ਰਿਹਾ ਵਾ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਪਰਖ ਲਿਆ ਚੰਗੀ ਤਰ੍ਹਾਂ ਨਾਲ ਕਿ ਇਹ ਜਿਹੜੇ ਆਦਮੀ ਨੇ ਇਹ ਤਾਂ ਪੰਜਾਬ ਨੂੰ ਦੋਨਾਂ ਹੱਥਾਂ ਨਾਲ 10 ਸਾਲ ਇਹਨਾਂ ਨੇ ਲੁੱਟਿਆ ਹੋਣੇ ਤਾਜ਼ਾ ਤੇ ਹੁਣ ਇਹ ਬੀਜੇਪੀ ਦੇ ਨਾਲ ਗੱਠ ਜੋੜ ਤੋੜਨ ਤੋਂ ਬਾਅਦ ਆਪਣੇ ਆਪ ਨੂੰ ਸ਼ਹੀਦ ਘਰਾੜ ਦੇ ਰਹੇ ਨੇ ਤੇ 24 ਸਾਲ ਗੱਠ ਚੋੜ ਰਿਹਾ ਮੈਨੂੰ ਦੱਸੋ ਪੰਜਾਬ ਵਾਸਤੇ ਸੁਖਬੀਰ ਸਿੰਘ ਬਾਦਲ ਦੀ ਇੱਕ ਇੱਕ ਪ੍ਰਾਪਤੀ ਗਿਣਾ ਦਿਓ ਕਿ ਆ ਜੀ ਬੀਜੇਪੀ ਨੇ ਪੰਜਾਬ ਦੇ ਵਾਸਤੇ ਕੀਤੀ ਅਸਲ ਚ ਗੱਠ ਚੋੜ ਜਿਹੜਾ ਸੀ ਇਹ ਇਹ ਕਿ ਬਿਨਾਂ ਕਿਸੇ ਸਿਧਾਂਤ ਤੋਂ ਸੀਗਾ ਇਹ ਅੱਜ ਨਹੀਂ ਟੁੱਟਣਾ ਸੀ ਕੱਲ ਟੁੱਟ ਜਾਣਾ ਸੀਗਾ ਕਿਉਂਕਿ ਇਹਨਾਂ ਦਾ ਆਪਸ ਕੋ ਤਾਲਮੇਲ ਹੀ ਨਹੀਂਗਾ ਅ ਅਕਾਲੀ ਦਲ ਦਾ ਮੁੱਢਲਾ ਅਸੂਲ ਸੀਗਾ ਕਿ ਘੱਟ ਗਿਣਤੀਆਂ ਦੀ ਜਮਾਤ ਕਿਸਾਨਾਂ ਦੀ ਜਮਾਤ ਤੇ ਵਾਧ ਅਧਿਕਾਰਾਂ ਦੀ ਜਮਾਤ ਅਧਿਕਾਰਾਂ ਤੇ ਪਿੱਛੇ ਡਾਕਾ ਮਾਰਿਆ ਬੀਜੇਪੀ ਨੇ ਜਦੋਂ ਜੀਐਸਟੀ ਲਿਆਂਦੀ ਆ ਤੇ ਜਾਂ ਆਰਡੀਨੈਂਸ ਲਿਆਂਦੇ ਜਾ دریاਵਾਂ ਨੂੰ ਆਪਸ ਵਿੱਚ ਜੋੜਿਆ ਜਾਂ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਉਦੋਂ ਤੋਂ ਅਕਾਲੀ ਦਲ ਬੋਲਿਆ ਨਹੀਂਗਾ ਇਸ ਲਈ ਇਹ ਸਾਰਾ ਜਿਹੜਾ ਹੈਗਾ ਵਾ ਅੱਜ ਦੀ ਡੇਟ ਵਿੱਚ ਅਗਰ ਸਭ ਤੋਂ ਕੋਈ ਹਿੱਟਡ ਪਾਰਟੀ ਆ ਪਹਿਲੇ ਨੰਬਰ ਤੇ ਭਾਜਪਾ ਹੈ ਤੇ ਦੂਜੇ ਨੰਬਰ ਤੇ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਹੈ ਜੇ ਖੈਰਾ ਸਾਹਿਬ ਇੱਕ ਗੱਲ ਰੈਲੀ ਦੇ ਵਿੱਚ ਹੋਰ ਦੇਖਣ ਨੂੰ ਮਿਲੀ ਹੈ ਚਲੋ ਕਿਸਾਨ ਇਹਨਾਂ ਨੇ ਇਹਨਾਂ ਨੇ ਤਾਂ ਚਲੋ ਇਹ ਥੋੜੇ ਦਿਨ ਪਹਿਲਾਂ ਹੀ ਜਦ ਰੈਲੀ ਲੈ ਕੇ ਆਪਣੀ ਚੰਡੀਗੜ੍ਹ ਕੂਚ ਕਰ ਰਹੇ ਸੀਗੇ ਕਿਸਾਨ ਤਾਂ ਕਾਫੀ ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਸੀ ਇਹਨਾਂ ਦੀ ਰੈਲੀ ਦੇ ਵਿੱਚ ਹੀ ਸ਼ਰਮਣੀ ਕਮੇਟੀ ਵੱਲੋਂ ਲੰਗਰ ਵਰਤਾਇਆ ਗਿਆ ਦੇਖੋ ਗੱਲ ਅੱਛੀ ਤਰ੍ਹਾਂ ਸਮਝੋ ਕਿ ਤਾਈਓ ਇਹ ਵੀ ਨਾਰਾਜ਼ਗੀ ਲੋਕਾਂ ਨੂੰ ਕਿ ਇਹ ਐਸਜੀਪੀਸੀ ਜਿਹੜਾ ਕੌਮੀ ਜਿਹੜੇ ਫੰਡਸ ਐ ਐਸਜੀਪੀਸੀ ਕਿਸੇ ਦੀ ਕੋਈ ਨਿੱਜੀ ਜਾਇਦਾਦ ਨਹੀਂ ਗਈ ਉਹ ਬੇਸਿਕਲੀ ਕਮਿਊਨਿਟੀ ਦਾ ਇੱਕ ਇਕੱਠਾ سرمਾਇਆ ਵਾ ਔਰ ਇੱਡੀ ਵੱਡੀ ਸੰਸਥਾ ਵਾ ਇਹਨਾਂ ਨੇ ਉਹਦਾ ਵੀ ਦੁਰਉਪਯੋਗ ਕੀਤਾ ਇਹਨਾਂ ਨੇ ਅਕਾਲਤਖ ਸਾਬ ਦੇ ਜਿਹੜੇ ਜਥੇਦਾਰ ਬਿਠਾਉਂਦੇ ਨੇ ਉਹਨਾਂ ਤੋਂ ਗਲਤ ਫੈਸਲੇ ਲੈਂਦੇ ਨੇ ਇਹ ਵੀ ਉਹਨਾਂ ਦਾ ਨਾਰਾਜ਼ਗੀ ਆਮ ਜਨਤਾ ਦੀ ਇਹਨਾਂ ਦੇ ਉੱਤੇ ਹੈ ਇਹਨਾਂ ਨੂੰ ਸਮਝ ਨਹੀਂ ਆ ਰਹੀ ਔਰ ਐਸਜੀਪੀਸੀ ਮੈਂ ਸਮਝਦਾ ਕਿ ਅਸਲ ਵਿੱਚ ਉਹਦਾ ਫਰਜ਼ ਸੀਗਾ ਕਿ ਸਾਰੇ ਪੰਜਾਬ ਦੇ ਵਿੱਚ ਆਪਣੇ ਗੁਰਦੁਆਰਾ ਸਾਹਿਬ ਚ ਹੁਕਮ ਦਿੰਦੇ ਕਿ ਜਿੱਥੇ-ਜਿੱਥੇ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਵੀ ਲਗਾਤਾਰ ਇਹਨਾਂ ਨੂੰ ਲੰਗਰ ਪਹੁੰਚਦਾ ਕਰੋ ਫਿਰ ਤਾਂ ਅਸੀਂ ਕਹਿੰਦੇ ਕਿ ਹਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਨਿਊਟਰਲ ਜਮਾਤ ਆ ਪਰ ਜਦੋਂ ਆਪਾਂ ਕਹਿੰਨੇ ਕਿ ਇਕੱਲੇ ਸੁਖਬੀਰ ਬਾਦਲ ਵਾਲੇ ਪ੍ਰੋਗਰਾਮ ਚ ਲੰਗਰ ਦੇਾਂਗੇ ਔਰ ਨਾਲੇ ਇੱਥੇ ਇਕੱਲਾ ਲੰਗਰ ਨਹੀਂਗਾ ਐਸਜੀਪੀਸੀ ਦਾ ਹਰ ਤਰ੍ਹਾਂ ਦਾ ਦੁਰਉਪਯੋਗ ਉਹਦੇ ਮੁਲਾਜ਼ਮਾਂ ਦਾ ਦੁਰਉਪਯੋਗ ਕਰਦੇ ਨੇ ਉਹਦੇ ਫੰਡਸ ਦਾ ਦੁਰਉਪਯੋਗ ਕਰਦੇ ਨੇ ਇਸ ਲਈ ਇਹ ਸਾਰਾ ਕੁਝ ਜਿਹੜਾ ਨਾ ਅੱਜ ਦੇ ਯੁੱਗ ਵਿੱਚ ਸਾਰੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਪਹਿਲਾਂ ਕਿਸੇ ਵੇਲੇ ਹੁੰਦਾ ਸੀਗਾ ਕਿ ਅਸੀਂ ਪੰਥ ਦੇ ਨਾਂ ਤੇ ਲੋਕੀਂ ਵੋਟ ਪਾ ਦਿੰਦੇ ਸੀ ਨਾ ਉਹ ਪੰਥ ਰਿਆ ਵਾ ਤੇ ਨਾ ਉਹ ਪਾਰਟੀ ਰਹੀ ਆ ਪੰਥ ਜਿਹੜਾ ਸੀਗਾ ਉਹ ਤਾਂ ਬੜੇ ਸਾਦੇ ਜਿਹੇ ਸਾਧੂ ਸੰਤ ਜਿਹੜੇ ਸੀ ਉਹਦੇ ਪ੍ਰਧਾਨ ਹੋਇਆ ਕਰਦੇ ਸੀ ਕਿ ਮੋਰਚੇ ਲਾਉਂਦੇ ਸੀਗੇ ਇੱਥੇ ਪਰਨਾ ਰੱਖਿਆ ਹੁੰਦਾ ਸੀਗਾ ਆਮ ਅਕਾਲੀ ਦਲ ਦੇ ਵਰਕਰਾਂ ਨੇ ਉਹ ਜਿੱਥੇ ਕਿਤੇ ਲੋੜ ਪਈ ਉੱਥੇ ਪਿਛਾ ਲੈਣਾ ਉਸੇ ਨੂੰ ਹੀ ਚਾਦਰ ਬਣਾ ਲੈਂਦੇ ਸੀ ਉਸੇ ਨੂੰ ਆਪਣੇ ਕੰਮਕਾਰ ਦਾ ਇੱਕ ਹਿੱਸਾ ਮੰਨਦੇ ਸੀ ਇਸ ਕਰਕੇ ਸੁਖਬੀਰ ਸਿੰਘ ਬਾਦਲ ਹੁਣੀ ਬੇਸਿਕਲੀ 5 ਸਟਾਰ 7 ਸਟਾਰ ਕਲਚਰ ਦੇ ਲੋਕ ਨੇ ਔਰ ਹਰ ਸਿਮਰਤ ਕੋਰ ਬਾਦਲਦੀ ਮੈਂ ਜਦੋਂ ਇੰਟਰਵਿਊਜ਼ ਦੇਖ ਰਹਾ ਉਹਦੇ ਚਿਹਰੇ ਤੇ ਲਿਖਿਆ ਹੋਇਆ ਵਾ ਕਿ ਉਹ ਬਹੁਤ ਉਦਾਸ ਹੈ ਆਪਣੀ ਕੁਰਸੀ ਛੱਡ ਕੇ ਉਹਨੂੰ ਉਹਨੂੰ ਪਛਤਾ ਪਛਤਾਵਾ ਹੋ ਰਿਹਾ ਅੰਦਰੋਂ ਕਿ ਮੈਂ ਤੋਂ ਇਹਨੂੰ ਛੱਡਣੀ ਪਈ ਉਹਦੇ ਉਹ ਗੱਲ ਹੀ ਹੈ ਨਹੀਂ ਕਿ ਥੈਟ ਪ੍ਰੋਪਰ ਜਦੋਂ ਅੰਦਰੋਂ ਕਿਸੇ ਦੇ ਦਿਲ ਚੋਂ ਗੱਲ ਨਿਕਲਦੀ ਆ ਉਹ ਵੀ ਆਮ ਤੁਸੀਂ ਅਸੈਸ ਕਰ ਸਕਦੇ ਹੋ ਖੈਰਾ ਸਾਹਿਬ ਇੱਕ ਗੱਲ ਹੋਰ ਹੈ ਵੀ ਦੇਖੋ ਹੁਣ ਪੰਜ ਆਉਣ ਵਾਲੇ 5 ਤਰੀਕ ਨੂੰ ਇੱਕ ਦੋ ਦਿਨਾਂ ਬਾਅਦ ਮਤਲਬ ਸ਼ੰਭੂ ਬਾਰਡਰ ਤੇ ਦੁਬਾਰਾ ਅਣ ਮਿੱਥੇ ਸਮੇਂ ਲਈ ਧਰਨਾ ਕੀਤਾ ਸ਼ੁਰੂ ਕੀਤਾ ਜਾ ਰਿਹਾ ਕਿਸਾਨਾਂ ਵਾਸਤੇ ਉਹਦੇ ਵਾਸਤੇ ਦੇਖੋ ਬਿਲਕੁਲ ਮੈਂ ਸਮਝਦਾ ਕਿ ਜੋ ਵੀ ਇਕੱਠੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਉਹਦੇ ਵਿੱਚ ਹੁਣ ਕੁਝ ਸਾਡੇ ਸਤਿਕਾਰਯੋਗ ਨੌਜਵਾਨ ਆਰਟਿਸਟ ਲੋਕ ਵੀ ਸ਼ਾਮਲ ਹੋਏ ਨੇ ਉਹ ਵੀ ਨੌਜਵਾਨਾਂ ਨੂੰ ਕੀ ਕਹਿੰਦੇ ਆ ਕਿ ਉਤਸ਼ਾਹਤ ਕਰ ਰਹੇ ਨੇ ਜਿਹੜਾ ਵੀ ਪ੍ਰੋਗਰਾਮ ਉਹ ਦੇਣਗੇ ਸਾਂਝੇ ਤੌਰ ਤੇ ਮੈਂ ਸਮਝਦਾ ਕਿ ਸਾਰੇ ਪੰਜਾਬੀਆਂ ਨੂੰ ਉਹਨੂੰ ਸਵਿਕਾਰ ਕਰਨਾ ਚਾਹੀਦਾ ਉਹਦੀ ਮਦਦ ਕਰਨੀ ਚਾਹੀਦਾ ਅਸੀਂ ਵੀ ਜਾ ਸਕਦੇ ਆ ਪਰ ਕਈ ਵਾਰ ਅੱਜ ਕੀ ਹੋ ਰਿਹਾ ਵਾ ਕਿ ਤੁਸੀਂ ਦੇਖੋਗੇ ਕਿ ਪੋਲਿਟਿਕਲ ਪਾਰਟੀਆਂ ਦੇ ਪ੍ਰਤੀ ਲੋਕਾਂ ਦੀ ਇਨੀ ਨਫ਼ਰਤ ਪੈਦਾ ਹੋ ਗਈ ਲੀਡਰਾਂ ਦੇ ਕਿਉਂਕਿ ਇਹਨਾਂ ਨੇ ਕਈ ਅਰਸੇ ਤੋਂ ਕਈ ਦਹਾਕਿਆਂ ਤੋਂ ਲੁੱਟ-ਖੋਟੀ ਕੀਤੀ ਆ ਲੋਕਾਂ ਦੀ ਬੇਜਿ ਵਿਸ਼ਵਾਸੀ ਜੀ ਹੋਈ ਆ ਇਸ ਲਈ ਪੋਲਿਟਿਕਲ ਪਾਰਟੀਆਂ ਦੇ ਲੀਡਰ ਅਗਰ ਜਾਣ ਵੀ ਇਹਨਾਂ ਵਿੱਚ ਨਾ ਤਾਂ ਪਾਰਟੀ ਦਾ ਝੰਡਾ ਲੈ ਕੇ ਜਾਣ ਤੇ ਉਦਾਂ ਉਹਨਾਂ ਦੇ ਸਮਰਥਨ ਵਿੱਚ ਉਹਨਾਂ ਦੀ ਸਪੋਰਟ ਮੈਂ ਆਪਣੇ ਵੱਲੋਂ ਆਪਣੇ ਜਿੰਨੇ ਵੀ ਸਤਕਾਰਯੋਗ ਸਾਡੇ ਪਾਰਟੀ ਦੇ ਕੁਲੀਕ ਸੀਗੇ ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਮੇਰੇ ਨਾਲ ਤਲਕ ਉਹ ਸਾਰੇ ਇਹਨਾਂ ਧਰਨਿਆਂ 'ਚ ਆਲਰੇਡੀ ਜਾ ਰਹੇ ਨੇ ਫਰੀਦਕੋਟ ਦੇ ਪੱਟੀ ਵਾਲੇ ਸਾਡੇ ਸੰਗਰੂਰ ਬਰਨਾਲਾ ਇਹ ਸਾਰੇ ਉੱਥੇ ਬੈਠ ਰਹੇ ਨੇ ਇਸ ਤਰ੍ਹਾਂ ਨਾਲ ਸਾਨੂੰ ਉਹਨਾਂ ਦੀ ਸਪੋਰਟ ਅਨਕੰਡੀਸ਼ਨਲ ਬਿਨਾ ਚੰਡਿਆਂ ਤੋਂ ਕਰਨੀ ਚਾਹੀਦੀ ਹੈ। ਖੈਰਾਬ ਸਾਹਿਬ ਆਉਣ ਵਾਲੇ 2022 ਇਲੈਕਸ਼ਨਾਂ ਦੀ ਗੱਲ ਕਰੀਏ ਤੇ ਤੁਹਾਡੀ ਕੀ ਰਣਨੀਤੀ ਨਵੀਂ ਆ ਰਹੀ ਹੈ? ਦੇਖੋ ਹਲੇ ਅ 22 ਵਾਸਤੇ ਕਿਉਂਕਿ ਆ ਪਿਛਲਾ ਨਾ ਕੋਰੋਨਾ ਨੇ ਕੋਵਿਡ ਨੇ ਪਿਛਲੇ 8 9 10 ਮਹੀਨੇ ਖਰਾਬ ਕੀਤੇ ਨੇ। ਸਾਡੀ ਜਿਹੜੀ ਸਹੀ ਮੈਨਿਆਂ ਵਿੱਚ ਪ੍ਰਾਇੋਰਟੀ ਆ ਉਹੀ ਆ ਕਿ ਕਿਸੇ ਤਰੀਕੇ ਨਾਲ ਜਿਹੜਾ ਪੁਰਾਣਾ ਸਿਸਟਮ ਜਿਥੋਂ ਲੋਕ ਵੱਧ ਜਾਂਨੇ ਜਿਥੋਂ ਲੋਕ ਨਰਾਜ਼ ਨੇ ਜਿੱਦਾਂ ਆ ਕਿਸਾਨਾਂ ਦੇ ਜਿਹੜਾ ਸਾਰਾ ਹੋਇਆ ਨਾ ਸੰਘਰਸ਼ ਇਹ ਆਪ ਮੁਹਾਰੇ ਲੋਕੀ ਬਾਹਰ ਆਏ ਹੋਏ ਨੇ ਲੋਕੀ ਲੀਡਰਲੈਸ ਨੇ ਲੋਕਾਂ ਨੂੰ ਲੋਕਾਂ ਦੇ ਅੰਦਰ ਬਹੁਤ ਭਾਰੀ ਇੱਕ ਰੋਸ ਹੈ ਪੋਲਿਟিক্যাল ਪਾਰਟੀਆਂ ਦੇ ਪ੍ਰਤੀ ਈਵਨ ਝਾੜੂ ਪ੍ਰਤੀ ਵੀ ਹੋ ਗਿਆ ਵਾ ਇਸ ਲਈ ਅੱਜ ਲੋਡ ਪੰਜਾਬ ਦੇ ਵਿੱਚ ਇੱਕ ਅੱਛੇ ਵਿਕਲਪ ਦਿਆ ਅਸੀਂ ਉਹਦੇ ਵੱਲ ਨੂੰ ਕੰਮ ਕਰ ਰਹੇ ਆ ਵਾਹਿਗੁਰੂ ਕਰੇ ਉਹ ਆਉਣ ਵਾਲੇ ਸਮੇਂ 'ਚ ਔਰ ਵਿਕਲਪ ਵੀ ਹੋਵੇ ਜਿਹੜਾ ਖੇਤਰੀ ਹੋਵੇ ਨੈਸ਼ਨਲ ਪਾਰਟੀਆਂ ਚਾਹੇ ਜਿਹੜੀ ਆਪਾਂ ਵੱਡੀਆਂ ਪਾਰਟੀਆਂ ਦਿੱਲੀੋਂ ਚੱਲਦੀਆਂ ਇਹਨਾਂ ਇਹ ਪੰਜਾਬ ਦਾ ਇਹਨਾਂ ਦੇ ਕੋਲ ਹੱਲੀ ਹੈ ਨਹੀਂਗਾ ਕਿਉਂਕਿ ਇਹਨਾਂ ਨੇ ਹਰ ਪੱਖ ਤੇ ਹਰਿਆਣੇ 'ਚ ਵੀ ਰਾਜਨੀਤੀ ਕਰਨੀ ਦਿੱਲੀ 'ਚ ਵੀ ਰਾਜਨੀਤੀ ਕਰਨੀ ਹੈ ਕੁਝ ਇਦਾਂ ਦੀ ਧਿਰ ਬਣੇ ਜਿਹੜੀ ਪੰਜਾਬ ਦੀ ਰੀਜਨਲ ਫੋਰਸ ਹੋਵੇ ਔਰ ਰੀਜਨਲ ਫੋਰਸ ਪਹਿਲਾਂ ਸਾਡੇ ਕੋਲ ਬਹੁਤ ਸ਼੍ਰੋਮਣੀ ਅਕਾਲੀ ਦਲ ਸ਼ਕਲ ਸੀਗੀ ਪਰ ਇਹਨਾਂ ਨੇ ਉਹਦਾ ਬੇੜਾਗਰ ਕਰਤਾ ਉਹਨੂੰ ਆਪਣੇ ਟੱਬਰ ਦੀ ਪਾਰਟੀ ਤਾਈਓ ਅੱਜ ਲੋਕ ਇੱਕ ਖੇਤਰੀ ਪਾਰਟੀ ਦਾ ਬਦਲ ਲੱਭ ਰਹੇ ਉਹਦੇ ਵੱਲ ਨੂੰ ਅਸੀਂ ਸਲੋਲੀ ਸਲੋਲੀ ਵਰਕ ਕੀਤਾ ਕੁਝ ਗੈਰ ਰਸਮੀ ਮੀਟਿੰਗਾਂ ਅਸੀਂ ਕੀਤੀਆਂ ਨੇ ਔਰ ਕੁਝ ਆਉਣ ਵਾਲੇ ਸਮੇਂ ਚੋੜ ਕਰਾਂਗੇ ਖਿਆਰਾ ਸਾਹਿਬ ਤੁਹਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਕੰਮ ਕਰਦਾ ਸੀ ਹੁਣ ਕਰ ਦੂਗਾ ਨਹੀਂ ਹੁਣ ਤਾਂ ਤੁਸੀਂ ਦੇਖ ਰਹੇ ਹੋ ਨਾ ਕਿ ਉਹਨਾਂ ਦਾ ਪਿਛਲੇ ਕੁਝ ਸਮੇਂ ਤੋਂ ਮੇਰੇ ਹਿਸਾਬ ਦੇ ਨਾਲ ਇਹ ਆ ਪਾਰਟੀ ਦੀ ਮੁਢਲੀ ਵਿਚਾਰਧਾਰਾ ਤੋਂ ਜਦੋਂ ਤੁਸੀਂ ਭਟਕ ਜਾਂਦੇ ਹੋ ਨਾ ਹੁਣ ਕੱਲ ਨੂੰ ਫਰਜ਼ ਕਰੋ 1 ਮਿੰਟ ਵਾਸਤੇ ਬੀਜੇਪੀ ਨੇ ਇੱਕ ਮੁਢਲੀ ਵਿਚਾਰਧਾਰਾ ਬਣੀ ਆ ਕਿ ਅਸੀਂ ਰਾਮ ਮੰਦਰ ਦਾ ਨਿਰਮਾਣ ਕਰਾਂਗੇ ਕੱਲ ਨੂੰ ਬੀਜੇਪੀ ਉਹ ਕਹੇ ਨਹੀਂ ਜੀ ਅਸੀਂ ਰਾਮ ਮੰਦਰ ਨਹੀਂ ਅਸੀਂ ਤਾਂ ਹੁਣ ਮਸਜਿਦ ਬਣਾਵਾਂਗੇ ਇੰਦਾ ਦਾ ਇਹਨਾਂ ਦਾ ਜਿਹੜਾ ਅਕਾਲੀ ਦਲ ਦਾ ਹੋਇਆ ਵਾ ਰਾਹ ਤੋਂ ਭਟਕੇ ਨੇ ਅਨੰਦਪੁਰ ਸਾਹਿਬ ਦੇ ਵੱਧ ਅਧਿਕਾਰਾਂ ਦੇ ਮੱਤੇ ਤੋਂ ਜਦੋਂ ਉਜੜੇ ਉਖੜੇ ਫਿਰ ਇਹ ਘਟ ਗਿੰਤियां ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ কেটেਗੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਵਿੱਚ ਉਹਦਾ ਵਿਰੋਧ ਕਰਨਾ ਚਾਹੀਦਾ ਸੀ ਖੜ ਕੇ ਕਿ ਤੁਸੀਂ ਇਹਨਾਂ ਨਾਲ ਧੱਕਾ ਕਰ ਰਹੇ ਹੋ ਨਾ ਇਹ ਤਾਂ ਵਿਚਾਰੇ ਮੰਗਦੇ ਨੇ ਵੱਧ ਅਧਿਕਾਰ ਤੁਸੀਂ ਇਹਨਾਂ ਦੇ ਸੂਬਾ ਵੀ ਤੋੜ ਦਿੱਤਾ ਇਸ ਕਰਕੇ ਜਦੋਂ ਤੁਸੀਂ ਆਪਣੇ ਬੇਸਿਕ ਆਈਡੀਓਲੋਜੀ ਤੋਂ ਉਖੜਦੇ ਹੋ ਇਹੀ ਨਤੀਜਾ ਹੁੰਦਾ ਜਿਹੜਾ ਸੁਖਬੀਰ ਸਿੰਘ ਔਰ ਨਾਲ ਸੁਖਬੀਰ ਸਿੰਘ ਬਾਦਲ ਨੂੰ ਜ਼ਾਤੀ ਤੌਰ ਤੇ ਮੈਂ ਕਾਫੀ ਸੁਣਦਾ ਉਹਦੀ ਸਪੀਚਸ ਵਗੈਰਾ ਦੇਖਿਆ ਉਹਨੂੰ ਜਿਹੜਾ ਪ੍ਰਾਣਾ ਪੰਜਾਬ ਦਾ ਪੰਥਕ ਪਛੋਕੜੀ ਕਹ ਲੋ ਚਲੋ ਕਹਿ ਲੋ ਪੰਜਾਬ ਦੇ ਇਤਿਹਾਸਿਕ ਪਛੋਕੜ ਵਾਲੇ ਕੋਈ ਇਲਮ ਨਹੀਂ ਗਾ ਕਈ ਇਦਾਂ ਦੇ ਲਫ਼ਜ਼ ਵੀ ਵਰਤ ਜਾਂਦੇ ਆ ਆਪਣੇ ਭਾਸ਼ਾਾਂ ਦੇ ਵਿੱਚ ਜਿਹੜੇ ਪੰਜਾਬੀ ਨਹੀਂ ਹੁੰਦੇ ਅੱਜ ਕੱਲ ਤੁਸੀਂ ਦੇਖੋਗੇ ਬਹੁਤ ਜ਼ੋਰ ਨਾਲ ਕਹਿ ਰਹੇ ਨੇ ਸਪੀਚਾਂ ਵਿੱਚ ਕਿ ਇਹ ਕਾਨੂੰਨ ਨਹੀਂ ਲਾਗੂ ਹੋਣ ਦਿਆਂਗੇ ਪੰਜਾਬੀ ਚ ਕਾਨੂੰਨ ਨਹੀਂ ਹੁੰਦਾ ਕਾਨੂੰਨ ਹੁੰਦਾ ਇਟਸ ਜਸਟ ਅ ਸਿੰਪਲ ਇਟ ਰਿਫਲੈਕਟਸ ਸੋ ਐਜ਼ ਦ ਕੇਸ ਆਫ ਹਰ ਸਿਮਰਤ ਕੌਰ ਬਾਦਲ ਉਹ ਵੀ ਅੱਧੇ ਸ਼ਬਦ ਉਹਦੇ ਹਿੰਦੀ ਦੇ ਹੁੰਦੇ ਨੇ ਤਾਂ ਜਿਹੜਾ ਸ਼ਰਮਣੀ ਕਾਲੀਦਲ ਦਾ ਪ੍ਰਧਾਨ ਚੱਜਣਾ ਪੰਜਾਬੀ ਨਹੀਂ ਬੋਲ ਰਿਹਾ ਪੰਜਾਬੀ ਦੇ ਵਿੱਚ ਜਿਹੜੇ ਅਸਲ ਸਹੀ ਸ਼ਬਦ ਨੇ ਉਹਨਾਂ ਦਾ ਇਸਤੇਮਾਲ ਨਹੀਂ ਕਰ ਰਹੇ ਤਾਂ ਫਿਰ ਕਿੱਦਾਂ ਇਹਨਾਂ ਦਾ ਇੰਪੈਕਟ ਪਵੇਗਾ ਇੱਕ ਮੈਂ ਕਹਿਣਾ ਚਾਹੁੰਦਾ ਕਿ ਹੁਣ ਦੇਖੋ ਕਾਂਗਰਸ ਦਾ ਵੀ ਫਰਜ਼ ਬਣਦਾ ਬਹੁਤ ਵੱਡਾ ਅੱਜ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਨੇ ਜਦੋਂ ਹੁਣ ਦੇਖਿਆ ਕਿ ਹੋਰ ਕੋਈ ਚਾਰਾ ਨਹੀਂ ਚੱਲਦਾ ਤੇ ਮੈਂ ਸਮਝਦਾ ਕਿ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਦਾ ਇੱਕ ਸੈਸ਼ਨ ਬੁਲਾਉਣਾ ਚਾਹੀਦਾ ਸਾਰੇ ਮੈਂਬਰਾਂ ਦੀਆਂ رائے ਲੈ ਕੇ ਤੇ ਜੇ ਹੋਰ ਕੋਈ ਹੱਲ ਨਹੀਂ ਲੱਭਦਾ ਤਾਂ ਫਿਰ ਸਾਨੂੰ ਪੰਜਾਬ ਦੀ ਵਿਧਾਨ ਸਭਾ 'ਚ ਇਹ ਮਤਾ ਪਾ ਕੇ ਇਹਨਾਂ ਨੂੰ ਕਾਨੂੰਨ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ ਦੇਖੀ ਜਾਓ ਜੋ ਹੋਣਾ ਵਾ ਕਿਉਂਕਿ ਵੈਸੇ ਵੀ ਮਰਨਾ ਵਾ ਤੋ ਕਹਿੰਦੇ ਆ ਕਿ ਕਾਇਰਤਾ ਦੀ ਮੌਤ ਮਰਨ ਨਾਲੋਂ ਕਾਇਰਾ ਵਾਂਗੂ ਮਰਨ ਨਾਲੋਂ ਲੜ ਕੇ ਮਰਨਾ ਬਿਹਤਰ ਹੁੰਦਾ ਔਰ ਇਹਦੇ ਚ ਇੱਕ ਹੋਰ ਹੱਲ ਮੈਂ ਸੁਜੈਸਟ ਕੀਤਾ ਜਿਹੜਾ ਮੈਂ ਜੇ ਲੋਡ ਪਈ ਤਾਂ ਵਿਧਾਨ ਸਭਾ ਚ ਕਹਾਂਗੇ ਕੁਝ ਸੂਬਿਆਂ ਨੂੰ ਕੇਂਦਰੀ ਕਾਨੂੰਨਾਂ ਤੋਂ ਛੋਟ ਵੀ ਹੈ ਇੱਕ ਆਰਟੀਕਲ 371 ਆ ਕਨਸਟੀਟਿਊਸ਼ਨ ਦਾ ਉਹਦੇ ਚ ਹਲੇ ਵੀ ਗੁਜਰਾਤ ਮਹਾਰਾਸ਼ਟਰਾ ਗੋਆ 10 ਸਟੇਟਸ ਨੂੰ ਇੱਕ ਛੋਟ ਹੈ ਕਿ ਜੇ ਕੋਈ ਉਹਨਾਂ ਨੂੰ ਕਾਨੂੰਨ ਚੰਗਾ ਨਹੀਂ ਲੱਗਦਾ ਉਹਨਾਂ ਤੇ ਨਾ ਲਾਗੂ ਕੀਤਾ ਜਾਵੇ ਜਿੱਦਾਂ ਪਹਿਲਾਂ ਜੰਮੂ ਕਸ਼ਮੀਰ ਸੀ ਆਰਟੀਕਲ 370 ਉਹਦੇ ਚ ਹੁੰਦਾ ਸੀ ਜਦੋਂ ਲੋਕ ਸਭਾ ਚ ਕਾਨੂੰਨ ਬਣਦਾ ਸੀ ਨਾ ਉਹਦੇ ਚ ਇੱਕ ਲਾਈਨ ਲਿਖੀ ਜਾਂਦੀ ਸੀ ਕਿ ਇਹ ਸਾਰੇ ਦੇਸ਼ ਵਿੱਚ ਲਾਗੂ ਹੋਊਗਾ ਲੇਕਿਨ ਜੰਮੂ ਕਸ਼ਮੀਰ ਚ ਲਾਗੂ ਨਹੀਂ ਹੋਵੇਗਾ ਸੋ ਅਗਰ ਅਮਰਿੰਦਰ ਸਿੰਘ ਇਹ ਵੀ ਮਤਾ ਪਾਸ ਕਰਕੇ ਜਾਂ ਪ੍ਰਾਈਮ ਮਿਨਿਸਟਰ ਨੂੰ ਜਾਂ ਉਹਨਾਂ ਨੂੰ ਚੱਜਣਾ ਕਹਿਣ ਕਿ ਸਾਨੂੰ 371 ਕਨਸਟੀਟਿਊਸ਼ਨ ਦੇ ਧਾਰਾ ਵਿੱਚ ਪਾ ਕੇ ਸਾਨੂੰ ਇਹਨਾਂ ਕਾਨੂੰਨਾਂ ਤੋਂ ਛੂਟ ਕਰ ਦਿਓ ਕਿਉਂਕਿ ਜੇ ਤੁਹਾਨੂੰ ਚੰਗਾ ਲੱਗਦਾ ਬੀਜੇਪੀ ਨੂੰ ਸਾਰੇ ਦੇਸ਼ ਚ ਲਾਗੂ ਕਰ ਦਿਓ ਪੰਜਾਬ ਦੇ ਕਿਸਾਨਾਂ ਨੂੰ ਇਹ ਪ੍ਰਮਾਨ ਨਹੀਂਗਾ ਤੇ ਜਿਹੜੀ ਸਾਨੂੰ ਚੀਜ਼ ਪ੍ਰਮਾਨ ਨਹੀਂਗੀ ਜਮਹੂਰੀਅਤ ਵਿੱਚ ਉਹ ਧੱਕੇ ਨਾਲ ਥੂਪੀ ਨਹੀਂ ਜਾਣੀ ਚਾਹੀਦੀ। ਹਮ ਖੇਰਾ ਸਾਹਿਬ ਜੇ ਗੱਲ ਕਰੀਏ ਕੈਪਟਨ ਮਰੀਂਦਰ ਸਿੰਘ ਦੀ ਹੁਣ ਕਿਸਾਨ ਉਹਨਾਂ ਤੋਂ ਵੀ ਉਖੜੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੇ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਦਾਵਾ ਕੀਤਾ ਸੀ ਗੁਟਕਾ ਸਾਹਿਬ ਨੂੰ ਹੱਥ ਫੜ ਕੇ ਵੀ ਪੰਜਾਬ 'ਚ ਨਸ਼ਾ ਖਤਮ ਕਰਾਂਗੇ ਘਰ-ਘਰ ਨੌਕਰੀ ਦਵਾਂਗੇ ਕਿਸਾਨਾਂ ਵਾਸਤੇ ਹੋਰ ਨਵੇਂ ਉਪਰਾਲੇ ਕਰਾਂਗੇ ਪਰ ਕਿਸਾਨ ਕਹਿੰਦੇ ਉਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ। ਨਹੀਂ ਇਹ ਜਿਹੜੇ ਉਹਨਾਂ ਨੇ ਆਪਣੇ ਵਾਦੇ ਗੁਟਕਾ ਸਾਹਿਬ ਕਰਕੇ ਸੀ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਇਹ ਤਾਂ ਹੁਣ ਹਰ ਇੱਕ ਆਦਮੀ ਨੇ ਦੇਖ ਲਿਆ ਕਿ ਬਿਕੋਜ਼ ਇਹ ਸਾਰਾ ਕੁਝ ਹੁਣ ਰਿਕਾਰਡਡ ਹੈ ਵੀਡੀਓ ਦੇ ਉੱਤੇ ਕੱਲ ਨੂੰ ਅੱਜ ਮੈਂ ਕੋਈ ਗੱਲ ਕਹਿ ਰਿਹਾ ਕੱਲ ਨੂੰ ਮੈਂ ਹੋਰ ਗੱਲ ਕਰੂੰਗਾ ਨਹੀਂ ਤਾਂ ਉਹਦਾ ਨਜ਼ਰਾ ਹੀ ਜਾਣਾ ਸਾਹਮਣੇ ਇਸ ਲਈ ਜਿਹੜੇ ਆਪਣੇ ਉਹ ਵੈਦਿਆਂ ਤੋਂ ਦੂਜਾ ਹੈਗਾ ਕਿ ਇੱਕ ਗੱਲ ਆਪਾਂ ਨਾ ਜੈਨੂਅਲੀ ਮੰਨੀਏ ਕਿ ਜੇ ਅੱਜ ਕਿਸਾਨ ਪੰਜਾਬ ਦਾ ਹਤਾਸ਼ ਆ ਜਾਂ ਜਿਹੜਾ ਉਹ ਨਿਰਾਸ਼ ਆ ਉਹ ਇਸ ਕਰਕੇ ਨਿਰਾਸ਼ ਆ ਕਿਉਂਕਿ ਇਸ ਦੇਸ਼ ਦੀਆਂ ਸਰਕਾਰਾਂ ਨੇ ਕਈ ਦਹਾਕੀਆਂ ਤੋਂ ਜਦ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੱਕ ਉਦੋਂ ਦਾ ਕਿਸਾਨੀ ਨੂੰ ਉਹਨਾਂ ਦਾ ਬਣਦਾ ਮਾਨ ਸਤਕਾਰ ਤੇ ਕੀਮਤਾਂ ਨਹੀਂ ਦਿੱਤੀਆਂ ਹੁਣ ਤੁਹਾਨੂੰ ਮੈਂ ਛੋਟਾ ਜਿਹਾ ਉਦਾਹਰਨ ਦਿੰਦਾ ਕਿ ਅੱਜ ਤੋਂ 50 ਸਾਲ ਪਹਿਲਾਂ 2 ਕੁਇੰਟਲ ਕਣਕ ਵੇਚ ਕੇ ਇੱਕ ਤੋਲਾ ਸੋਨਾ ਆ ਜਾਂਦਾ ਸੀ ਹੁਣ 50 ਸਾਲ ਬਾਅਦ ਸਾਡੀ ਸ਼ਕਤੀ ਵਧਣੀ ਚਾਹੀਦੀ ਸੀ ਹੁਣ ਅੱਜ ਤੁਸੀਂ ਇਹ ਕੈਲਕੂਲੇਟ ਕਰ ਲਓ 25 ਕੁਇੰਟਲ ਕਣਕ ਵੇਚਾਂਗੇ ਤਾਂ ਇੱਕ ਤੋਲਾ ਆਊਗਾ ਇਸ ਦੌਰਾਨ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ 250 ਗੁਣਾ ਵਧੀਆਂ ਵਪਾਰੀਆਂ ਦੀ ਆਮਦਨ 500 ਗੁਣਾ ਵਧੀ ਇਕੱਲਾ ਕਿਸਾਨ ਹੈ ਜਦੀ ਆਮਦਨ ਸਿਰਫ 19 ਦੇ 20 ਗੁਣਾ ਵਧੀ ਇਸ ਲਈ ਇਹ ਜਿਹੜਾ ਕਰਜ਼ਾ ਚੜਿਆ 1 ਲੱਖ ਕਰੋੜ ਦਾ ਪੰਜਾਬ ਦੇ ਕਿਸਾਨ ਤੇ ਜਾਂ ਜਿਹੜਾ ਆਤਮੱਤਿਆ ਹੋ ਰਹੀਆਂ ਇਹ ਕੱਲ ਪਰਸੋ ਚੌਥੀਆਂ ਨਹੀਂ ਹੋ ਰਹੀਆਂ ਇਹਦੇ ਚ ਕਾਂਗਰਸ ਦੀ ਜਮਾਤ ਵੀ ਐਂਟੀ ਫਾਰਮਰ ਪੋਲਿਸੀਜ਼ ਨੂੰ ਬਣਾਉਣ ਵਿੱਚ ਉਹਨਾਂ ਦਾ ਵੀ ਕਾਫੀ ਵੱਡਾ ਰੋਲ ਹੈ ਇਸ ਲਈ ਹੁਣ ਵੀ ਜੇ ਸੁਧਾਰ ਕਰਨਾ ਅਮਰਿੰਦਰ ਸਿੰਘ ਨੂੰ ਬਹੁਤ ਠੋਸ ਕਦਮ ਚੱਕਣੇ ਪੈਣਗੇ ਸਰ ਜੇ ਗੱਲ ਕਰੀਏ ਦੁਬਾਰਾ ਕਿਸਾਨਾਂ ਦੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਵਾਸਤੇ ਕੀ ਕਰ ਸਕਦੇ ਹੋ ਜਿਵੇਂ ਇਹ ਸੰਘਰਸ਼ ਚਾਲੂ ਹੋਣ ਦਾ ਹੈ ਦੁਬਾਰਾ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਹੋ ਰਿਹਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹਦੀ ਲੀਡ ਨਾ ਕਿਸਾਨ ਜਥੇਬੰਦੀਆਂ ਨੂੰ ਕਰ ਲੈਣ ਕਿਉਂਕਿ ਇੱਕ ਤਾਂ ਉਹ ਦਮ ਰੱਖਦੀਆਂ ਪੋਲੀਟੀਕਲ ਪਾਰਟੀਆਂ ਦਾ ਅੱਜ ਧਰਨਾ ਲਾਇਆ 2 ਘੰਟੇ ਬਾਅਦ ਚੱਕ ਕੇ ਲੈ ਗਏ ਆਪਣੇ ਮੈਟ ਇਹ ਲਗਾਤਾਰ ਬੈਠੇ ਨੇ ਇਹਨਾਂ ਦੀ ਜਿੱਦਾਂ ਦੀ ਵੀ ਸਪੋਰਟ ਅਸੀਂ ਕਰ ਸਕਦੇ ਆ ਉਹ ਸਾਨੂੰ ਕਰਨਾ ਬਣਦਾ ਵਾ ਔਰ ਜਿੱਥੋਂ ਤੱਕ ਅਸੀਂ ਮੈਂ ਆਪਣੇ ਤੌਰ ਤੇ ਅਸੀਂ ਜਦੋਂ ਕਾਲ ਦਿੱਤੀ ਆ ਉਦੋਂ ਅਸੀਂ ਮੈਂ ਆਪਣੇ ਹਲਕੇ ਨੜਾਲੇ ਦੇ ਵਿੱਚ ਅਸੀਂ ਜਿਹੜਾ ਕਿਸਾਨਾਂ ਨੇ ਧਰਨਾ ਲਾਇਆ ਉਹਦੇ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਉਸ ਤੋਂ ਇਲਾਵਾ ਸੀ ਆਪਣੇ ਲੈਵਲ ਤੇ ਸਮਾਣੇ ਜੰਡਿਆਲੇ ਤੇ ਹੁਣ ਮੈਂ ਪੱਟੀ ਜਾ ਕੇ ਇਹਨਾਂ ਦਾ ਇਹਨਾਂ ਕਾਲੇ ਕਾਨੂੰਨਾਂ ਦਾ ਆਪਣੇ ਲੈਵਲ ਤੇ ਵਿਰੋਧ ਕਰ ਰਹੇ ਸੋ ਇਹ ਸੰਸਕਪਾਲ ਸਿੰਘ ਖੈਰਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਸੋ ਕੈਮਰਾਮੈਨ ਰਵੀ ਦੇ ਨਾਲ ਹਰਜੀਤ ਮਠਾੜੂ ਰੇਡੀਓ ਪੰਜਾਬ ਤੋਂ ਡੇ ਚੰਡੀਗੜ੍ਹ